ਤੁਸੀਂ ਦੇਖ ਰਹੇ ਦੈਨਿਕ ਸਾਡੀ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਕਿਸਾਨ ਅੰਦੋਲਨ 2 ਅੱਜ ਆਪਣੇ 8ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ, ਅਤੇ ਤੁਹਾਨੂੰ ਉਸ ਬਾਬਾ ਜੀ ਨੂੰ ਮਿਲਾਉਣ ਜਾ ਰਹੇ ਜਦੋਂ CISF ਦੇ ਜਿਹੜੇ ਜਵਾਨਾਂ ਨੇ ਜਦੋਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਕੀਤੀ ਸੀ ਤਾਂ ਜਾਂ ਬਰਾਸ ਕੀਤੇ ਸੀ ਤਾਂ ਮੈਨਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ, ਇੱਕ ਪਰੰਪਰਾ ਦੀ ਸ਼ੁਰੂਆਤ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ। ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨਾਂਦੇੜ ਯਾਨੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ, ਸਾਡਾ ਬੇਟਾ ਹੈ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ। ਉਹ ਬਾਬਾ ਜੀ ਮੌਜੂਦ ਹੈ ਜਿਨ੍ਹਾਂ ਦੇ ਪੱਖੇ ਜਦੋਂ ਮੋਰਚੇ 'ਤੇ ਮੌਜੂਦ ਸੀ ਤਾਂ ਉਸ ਟਾਈਮ ਇਹ ਵੀ ਜ਼ਖਮੀ ਹੋ ਗਏ ਸੀ, ਕਿੱਦਾਂ ਜ਼ਖਮੀ ਹੋਏ ਸੀ ਅਤੇ ਗੱਲਬਾਤ ਕਰਦੇ ਕੋਸ਼ਿਸ਼ ਕਰਦੇ? ਬਾਬੇ ਕੀ ਨਾਮ ਬੜਾ? ਮਹਿੰਦਰ ਸਿੰਘ ਖਾਲਸ, ਪਿੰਡ ਸਲਿਆਣੀ। ਕਿੱਥੇ ਇਹ ਸੜਕ ਕਿੱਦਾਂ ਲੱਗੀ, ਕਿੱਦਾਂ ਹੋਇਆ ਫਿਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਘਰਾਂ ਤੋਂ ਅਰਦਾਸਾਂ ਕਰਕੇ ਤੁਰੇ ਹਾਂ ਮੋਦੀ ਦੇ ਮਕਾਨ ਲਾਉਣ, ਅਤੇ ਅਸੀਂ ਇੱਥੇ ਸ਼ੰਭੂ ਬਾਰਡਰ 'ਤੇ ਡਿਊਟੀ 'ਤੇ ਖੜ੍ਹੇ ਸੀ। ਡਿਊਟੀ ਵਾਲੇ ਚਾਹ ਪੀ ਆਏ, ਅਸੀਂ ਤੂੰ ਇੱਥੇ ਖੜ੍ਹ। ਮੈਂ ਉੱਥੇ ਖੜ੍ਹ ਗਿਆ 17 ਤਰੀਕ ਨੂੰ, ਅਤੇ ਧੱਕਾ ਵੱਜਾ ਪੱਖੇ ਵਾਲਾ, ਜਿਹੜਾ ਟਰੈਕਟਰ ਪੱਖਾ ਘੁਆਉਂਦਾ ਸੀਗਾ ਨਾ, ਧੂੰਆਂ ਕੱਢਦਾ ਸੀ, ਧੂੰਏ ਤੋਂ ਪਛਾਣ ਢਾਉਂਦਾ ਸੀ ਆਪਣਾ, ਉਹਦੇ ਵਿੱਚ ਵੱਜੂ ਗੈਸ ਛੱਡਦੇ ਧੂੰਆਂ ਆਉਂਦਾ ਸੀ, ਉਹ ਪੱਖਾ ਉਹਨੂੰ ਅੱਗੇ ਕਰਦਾ ਸੀ ਤਾਂ ਕਿ ਕਿਸਾਨਾਂ ਦੇ ਉੱਪਰ ਉਹਦੇ ਵਿੱਚ ਧੂੰਆਂ ਨਾ ਪਵੇ। ਉੱਥੋਂ ਮੇਰੀ ਬੱਚਤ ਹੋ ਗਈ, ਮੇਰੇ ਹੱਥ ਵੱਡੇ ਜਾਣੇ ਸੀ, ਮੇਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਨਿਤਨੇਮ ਕਰਕੇ ਤੁਰੇ ਸੀ, ਅਰਦਾਸ ਬੇਨਤੀ ਕਰਕੇ ਤੁਰੇ ਸੀ। ਅਸੀਂ ਅੱਗੇ ਵੀ ਗਏ ਹਾਂ, ਅਰਦਾਸ ਕਰਕੇ ਗਏ ਹਾਂ ਦਿੱਲੀ, ਅਸੀਂ 13 ਮਹੀਨੇ ਰਹੇ ਹਾਂ ਉੱਥੇ ਖੁਦ ਹੀ, ਅਸੀਂ ਚੜ੍ਹਦੀ ਕਲਾ 'ਚ ਰਹੇ ਹਾਂ, ਸਾਡੇ ਸੰਘਰਸ਼ ਸਾਰੇ ਵੇਖੇ ਆ, ਪਰ ਸਾਨੂੰ ਡਰ ਨਹੀਂ ਲੱਗਦਾ। ਜਿਹੜਾ ਮੋਦੀ ਸਾਨੂੰ ਡਰਾਉਂਦਾ, ਸਾਡੀਆਂ ਨਸਲਾਂ ਅਤੇ ਫਸਲਾਂ ਦਾ ਕੰਮ ਆ, ਅਸੀਂ ਇੱਦੂ ਮੁੜ ਇੱਦੂ ਹੋਰ ਕੀ ਕਰ ਲਾਂਗੇ ਜੇ ਸਾਡੀ ਇਹੋ ਹੀ ਨੁਕਸਾਨ ਕੀਤਾ ਇਹਨੇ। ਇਹਦੀ ਨੀਤੀ ਇਹੋ ਹੀ ਆ ਵੀ ਵੱਡਿਆਂ ਨਾਲ ਰਲ ਕੇ, ਦਾਨੀਆਂ ਮਾਨੀਆਂ ਰਲ ਕੇ ਜ਼ਮੀਨਾਂ ਜੀਵਾਂ ਦੀਵਾਂ ਖੋਲੀਏ, ਦੇ ਕੇ ਵੱਡੇ ਵੱਡੇ ਟਰੈਕਟਰ ਟਰਾਲੀਆਂ, ਅਤੇ ਸਾਨੂੰ ਕਿਸ਼ਤਾਂ 'ਤੇ ਸਾਡੀਆਂ ਕਿਸ਼ਤਾਂ ਲਿਆਉਂਦੀਆਂ, ਕਿਤੇ ਆਂਦਾ ਕਣਕ ਰੈਲੀ ਕਰਨੀ ਆ, ਕਿਤੇ ਆਂਦਾ ਮੈਂ ਸਹਾਇਤੀ ਕਰਨੀ ਆ। ਅਸੀਂ ਇਹ ਤੋਂ ਬਹੁਤ ਔਖੇ ਹੋਏ ਹਾਂ, ਸਾਡਾ ਰਿਜ਼ਕ ਪਾਣੀ, ਅਸੀਂ ਪੈਲੀਆਂ ਬਣਾਈਆਂ ਟਰੈਕਟਰਾਂ, ਅਤੇ ਹੁਣ ਇਹ ਸਾਡੀਆਂ ਕਮਾਈਆਂ ਜਿਹੜੀਆਂ ਕਮਾਈਆਂ ਕੀਤੀਆਂ ਇਹਨੂੰ ਚੰਗੀਆਂ ਨਹੀਂ ਲੱਗਦੀਆਂ, ਇਹਨੂੰ ਭੈੜੀਆਂ ਲੱਗਦੀਆਂ। ਜਿਹਦਾ ਸਾਡਾ ਅੰਨ ਪਾਣੀ ਇੱਥੇ ਹੁੰਦਾ ਪੰਜਾਬ 'ਚ, ਇਹਨੂੰ ਭੈੜਾ ਲੱਗਦਾ। ਬਾਬੇ ਕਿੱਦਾਂ ਦੇ, ਕਿੰਨੇ ਕੁ ਟਾਂਕੇ ਲੱਗੇ? 7 ਟਾਂਕੇ ਲੱਗੇ ਆ, 3 ਦਿਨ ਮੈਂ ਹੋਟ ਪਾਸ ਰਿਹਾ ਉੱਥੇ। ਪਰ ਹਿੰਮਤ ਨਹੀਂ ਹਾਰੀ ਤੁਸੀਂ ਉੱਥੇ? ਹਿੰਮਤ ਨਹੀਂ ਹਾਰੀ, ਡਟੇਰੇ ਉੱਥੇ। ਫਿਰ ਮੈਂ ਕੱਲ੍ਹ ਆਇਆ ਸੀ ਇੱਥੇ, ਮੈਂ ਹਿੰਮਤ ਨਹੀਂ ਹਾਰੀ, ਮੈਂ ਡਟ ਕੇ ਰਹਿਣਾ। ਡਟ ਕੇ ਉਮਰ ਦੀ ਉਮਰ 78 ਸਾਲ ਉਮਰ ਤਾਂ। ਕਿਹਦਾ ਦੇਖਦੇ ਹੋ, ਕਿਸਾਨ ਆਗੂਆਂ ਨੇ ਕਿਹਾ, ਫਿਲਹਾਲ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਮੰਗਾਂ ਹਜੇ ਪੂਰੀਆਂ ਨਹੀਂ ਮੰਨੀਆਂ। ਕਿਸਾਨ ਉਹ ਕਹਿੰਦੇ ਵੀ 21 ਫਰਵਰੀ ਨੂੰ 11 ਵਜੇ ਆਪਾਂ ਦਿੱਲੀ ਕੂਚ ਕਰਨਾ, ਕੀ ਲੱਗ ਰਿਹਾ ਪੂਰਾ ਜੋਸ਼ ਹੈ ਕੂਚ ਕਰਨਾ ਕਿ ਹਜੇ ਵੀ ਕੇਂਦਰ ਸਰਕਾਰ ਨੀਵੀਂ ਪੈ ਸਕਦੀ ਹੈ? ਸਾਨੂੰ ਇਹ ਅੱਗੇ ਵੀ ਸਾਲ ਭਰ ਪਕਾਉਂਦੇ ਰਹੇ, ਸਾਨੂੰ ਜਲਬਾ ਸਾਡੇ ਮਨਾਂ ਦੇ ਵਿੱਚ ਆ, ਸਾਨੂੰ ਸਾਲ ਭਰ ਮੀਟਿੰਗਾਂ 'ਤੇ ਰੱਖਿਆ, ਹੁਣ ਅਸੀਂ ਮੀਟਿੰਗਾਂ 'ਤੇ ਨਹੀਂ ਰਵਾਂਗੇ, 1-2 ਮੀਟਿੰਗ ਕਰਾਂਗੇ ਅਤੇ ਚੜ੍ਹਦੀ ਕਲਾ ਨਾਲ ਦਿੱਲੀ ਜਾਵਾਂਗੇ। ਕੀ ਨਾਮ ਹੈ ਭਾਈ ਸਾਹਿਬ? ਬਿੱਕਰ ਸਿੰਘ, ਕਿਸਾਨ ਆਏ ਤੁਸੀਂ?
ਅਸੀਂ ਇਕੱਠੇ ਤਲਵੰਡੀ ਜੋਨ ਜ਼ਿਲ੍ਹਾ ਫਿਰੋਜ਼ਪੁਰ। ਕਿੱਦਾਂ ਦੇਖਦੇ ਬਾਬਾ ਜੀ ਸਾਡੇ ਲੱਗੀ ਕਿਹਾ ਤੁਸੀਂ ਮੌਜੀ ਉੱਤੇ ਮੌਕੇ ਅਸੀਂ ਨਾਲ ਹੀ। ਅੱਛਾ, ਆਹ ਗੱਲ ਬਣੀ, ਉਹ ਕਿਹੜਾ ਪੱਖਾ ਚੱਲਦਾ ਸੀ, ਉਹ ਹਵਾ ਪਿਹਿਆਂ ਨੂੰ ਸੜਦਾ ਸੀ, ਉਹ ਪੱਖੇ ਨਾਲ ਕਰਕੇ ਉੱਧਰੋਂ ਕਦੋਂ ਅੱਥਰੂ ਕਹਿਣ 'ਤੇ ਗੋਲੇ ਸੜਦੇ ਸੀ ਉਹ, ਅਤੇ ਉਦੋਂ ਅਸੀਂ ਇਕੱਠੇ ਹੀ ਕਾਬਲਾ ਸੀ ਇਕੱਠੇ, ਅਤੇ ਬਾਬਾ ਇੰਨਾ ਕੁ ਬਚਾਅ ਮਾਰ ਰੱਖ ਗਿਆ, ਬਚਾਅ ਕਰ ਗਿਆ, ਜ਼ਿਆਦਾ ਵੀ 7 ਟਾਂਕੇ ਲੱਗੇ ਨੇ, 3 ਦਿਨ ਉੱਥੇ ਰਹੇ ਨੇ, ਅੱਜ ਆ ਹੁਣੇ ਛੁੱਟੀ ਦਵਾ ਕੇ ਲਿਆਂਦੀ। 21 ਤਰੀਕ ਦਾ ਕਿਸਾਨ ਆਗੂਆਂ ਨੇ ਇੱਕ ਸਮਾਂ ਨਿਸ਼ਚਿਤ ਕੀਤਾ ਸੀ 11 ਵਜੇ ਦਿੱਲੀ ਕੂਚ ਕਰਨ ਵਾਸਤੇ, ਕੀ ਲੱਗ ਰਿਹਾ ਕਿਸਾਨ ਤਾਂ ਪੂਰੀ ਤਰ੍ਹਾਂ ਤਿਆਰੀ ਕਰਕੇ ਆਏ ਸੀ, ਬਿਲਕੁਲ ਹਜੇ ਵੀ ਤਿਆਰ ਬੈਠੇ ਆ, ਕੀ ਲੱਗ ਰਿਹਾ ਕਿਸਾਨ ਕੇਂਦਰ ਦੀ ਹਜੇ ਵੀ ਮੰਗ ਮੰਨ ਸਕਦੀ ਕਿ ਆਪਣੇ ਅੜੀਏ ਰਵਾਇਤ ਹਜੇ ਵੀ ਮੋਦੀ ਸਰਕਾਰ ਉੱਥੇ ਬੈਠਾ? ਅਸੀਂ ਤਾਂ ਕਦੋਂ ਦੇ ਪਿੰਡੋਂ ਤੁਰੇ, ਅਸੀਂ ਦਿਆਂ ਤਾਂ ਮੰਗਣੀ ਚਾਹੀਦੀ ਉਹਨਾਂ ਮੰਗ, ਜੇ ਕੱਲ੍ਹ ਨੂੰ ਨਾ ਮੰਗੀ ਅਸੀਂ ਤਾਂ ਮਤਲਬ ਧਰਨਾ ਨਹੀਂ ਪੁੱਟਣਾ, ਭਾਵੇਂ ਸਾਨੂੰ ਕਿਸਾਨ ਆਗੂ ਕੋਰ ਕਮੇਟੀ ਨੇ ਕਿਹੜੀ ਅੱਗੋਂ ਮੀਟਿੰਗ, ਕਿਵੇਂ ਸਾਨੂੰ ਕੋਰ ਕਮੇਟੀ ਕੀ ਮੀਟਿੰਗ ਕਰੇਗੀ, ਉਵੇਂ ਅਸੀਂ ਭਾਵੇਂ ਸਾਨੂੰ ਸਾਲ ਲੱਗ ਜੇ, 2 ਸਾਲ ਲੱਗ ਜੇ, ਹੁਣ ਚੋਣ ਜਦ ਤਾਂ ਲੱਗ ਗਏ ਆ ਗਈ, ਅਸੀਂ ਦਿਆਂ ਤਾਂ ਮੋਦੀ ਮੰਨ ਜੇ ਸਵੇਰੇ ਮੰਨ ਜੇ, ਅਸੀਂ ਤਾਂ ਆਉਂਦੇ ਅਸੀਂ ਤਾਂ ਚਾਹੁੰਦੇ ਹੋਣੇ ਸਵੇਰੇ ਮੰਨ। ਕਿੱਦਾਂ ਦੇਖਦੇ ਹੋ ਬਹੁਤ ਵੱਡਾ ਇਸ ਟਾਈਮ ਹਰਿਆਣਾ ਸਰਕਾਰ ਨੇ CIS ਦਾ ਜਵਾਨ ਲਵਾਇਆ ਹੋਇਆ, ਪੂਰੀ ਤਰ੍ਹਾਂ ਤਿਆਰੀ ਕੀਤੀ, ਕੀ ਲੱਗ ਰਿਹਾ ਕਿਸ ਤਰ੍ਹਾਂ ਹੁਣ ਆਪਾਂ ਰਣਨੀਤੀ ਬਣਾਵਾਂ ਦਾ ਕਿ ਇਹ ਜਿਹੜਾ ਸ਼ੰਭੂ ਬਾਰਡਰ ਹੈ ਇਹਨੂੰ ਤੋੜ ਕੇ ਕਿਸਾਨ ਜਿਹੜੇ ਭਰਾ ਆ ਉਹ ਅੱਗੇ ਕਿੱਦਾਂ ਜਾਊ, ਕੀ ਰਣਨੀਤੀ? ਜਿੰਨਾ ਉਹ ਸਾਡੇ 'ਤੇ ਜ਼ਬਰਦਸਤ ਕਰੀ ਜਾਂਦੇ ਨਾ, ਉਹਨਾਂ ਉਹਨਾਂ ਬਾਣ ਲੱਗ ਗਏ ਤਾਂ ਜਾਗੇ ਤਾਂ ਵਜਾਗੇ, ਜਿਹੜੇ ਪੱਥਰ ਪੁੱਥਰ ਆ ਸਾਡੇ ਭਾਅ ਦੇ ਸਿਰਹਾਣੇ ਆ, ਅਸੀਂ ਉੱਥੋਂ ਦੀ ਲੰਘ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਬਾਬਾ ਜੀ ਸੀ ਜਦੋਂ CIS ਦਾ ਜਿਹੜਾ ਜਵਾਨਾਂ ਨੇ ਉੱਥੋਂ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਜਿਹੜਾ ਬਰਾਸ ਕੀਤੇ ਸੀ, ਅਥਰੂ ਗੈਸ ਦੇ ਗੋਲੇ ਛੱਡੇ ਸੀ, ਅਤੇ ਜਦੋਂ ਅਥਰੂ ਗੈਸ ਦੀ ਜਿਹੜੀ ਆ ਧੂੰਆਂ ਆਉਂਦਾ ਸੀ ਕਿਸਾਨ ਭਰਾਵਾਂ ਨੂੰ ਬਚਾਉਣ ਵਾਸਤੇ, ਮੇਰੇ ਪਿੱਛੇ ਬਾਬਾ ਜੀ ਖੜ੍ਹੇ, ਉਹਨਾਂ ਨੂੰ ਜਿਹੜਾ ਪੱਖਾ ਲੱਗਾ ਸੀ ਟਰੈਕਟਰ ਪਿੱਛੇ ਉਹਨਾਂ ਨੂੰ ਬਚਾਉਣ ਵਾਸਤੇ ਟਰੈਕਟਰ ਪੱਖਾ ਚਲਾਇਆ, ਅਤੇ ਜਦੋਂ ਉਹਨਾਂ ਨੂੰ ਅੱਗੇ ਧੱਕਦੇ ਸੀ ਤਾਂ ਹੱਥ ਇਕਦਮ ਵਿੱਚ ਆ ਗਿਆ, ਟਾਂਕੇ ਵੀ ਲੱਗੇ ਆ, ਲੇਕਿਨ 70 ਸਾਲ ਤੋਂ ਉੱਪਰ ਉਮਰ ਹੋ ਗਈ ਹਜੇ ਵੀ ਕਿਸਾਨਾਂ ਪੰਜਾਬ ਕਿਸਾਨਾਂ ਦਾ ਜਿਹੜਾ ਜੋਸ਼ ਔਰ ਜਜ਼ਬਾ ਉਵੇਂ ਬਰਕਰਾਰ ਹੈ, ਔਰ ਬਿਲਕੁਲ ਸਪਸ਼ਟ ਗੱਲ ਕਹੀ ਹੈ ਬਾਬਾ ਜੀ ਨੇ ਵੀ ਜਿੰਨਾ ਮਰਜ਼ੀ ਜਬਰ ਕਰ ਲਏ ਸਰਕਾਰਾਂ, ਅਗਰ ਕਿਸਾਨ ਆਪਣੇ ਹੱਕ ਲੈਣ ਵਾਸਤੇ ਖੜ੍ਹੀ ਹੈ ਡਟੀ ਹੈ ਤਾਂ ਹੱਕ ਲੈ ਕੇ ਵਾਪਸ ਪਰਤਾਂਗੇ, ਔਰ ਇਸ ਵਾਰ ਜਿਹੜਾ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਨੂੰ ਇੱਕ ਨਾਲੋਂ ਵੱਡਾ ਮਜ਼ਬੂਤ ਔਰ ਜੋਸ਼ ਨਾਲ ਭਰਿਆ ਹੋਊਗਾ, ਅਤੇ ਕਿਤੇ ਨਾ ਕਿਤੇ ਕਿਸਾਨ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਨੇ ਬਿਲਕੁਲ ਤਿਆਰ ਬੈਠੇ ਆ, ਸਿਰਫ ਹੁਣ ਇੰਤਜ਼ਾਰ ਹੋਊਗਾ ਕਿ ਕੇਂਦਰ ਸਰਕਾਰ ਆਪਣੇ ਅੜੀਏ ਰਵਾਇਤ ਤੋਂ ਵਾਪਸ ਆਉਂਦੀ ਹੈ ਕਿ ਆਪਣੇ ਉਸੇ ਅੜੀਏ ਰਵਾਇਤ 'ਤੇ ਹੈਗੇ, ਲੇਕਿਨ ਕਿਸਾਨ ਇਸ ਟਾਈਮ ਦਿੱਲੀ ਕੂਚ ਕਰਨ ਦੀ ਤਿਆਰੀ ਪੂਰੀ ਤਰ੍ਹਾਂ ਕਰ ਬੈਠੇ ਆ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਸ਼ੰਭੂ ਬਾਰਡਰ।